ਗੰਨਾ ਮਿੱਲਾਂ ਦੇ ਨਾਲ ਸੰਬੰਧਿਤ ਕਿਸਾਨਾਂ ਦੀਆਂ ਸਮੱਸਿਆਵਾਂ ਔਰ ਕਈ ਕਿਸਾਨ ਯੂਨੀਅਨਾਂ ਦੇ ਜਿਹੜੇ ਸੀਨੀਅਰ ਅਹੁਦੇਦਾਰ ਸਾਹਿਬਾਨ, ਸਾਡੇ ਅਫਸਰ ਸਾਹਿਬਾਨ, ਵਿੱਤ ਮੰਤਰੀ ਸਾਹਿਬ, ਅੱਜ ਅਸੀਂ ਉੱਥੇ ਕਾਫੀ ਅੱਛੇ ਮਾਹੌਲ ਦੇ ਵਿੱਚ, ਬਹੁਤ ਖੁਸ਼ਗਵਾਰ ਮਾਹੌਲ ਦੇ ਵਿੱਚ ਅੱਜ ਮੀਟਿੰਗ ਹੋਈ ਹੈ। ਔਰ ਪੰਜਾਬ ਇੱਕ ਐਸੀ ਸਟੇਟ ਹੈ ਜਿਹਦਾ ਕੁਛ ਦਿਨ ਪਹਿਲਾਂ ਤੱਕ ਇੰਡੀਆ ਦੇ ਵਿੱਚ ਸਭ ਤੋਂ ਬੈਸਟ ਰੇਟ ਗੰਨੇ ਦਾ 380 ਰੁਪਏ ਪਰ ਕੁਇੰਟਲ ਸੀ। ਆ ਕੁਛ ਦਿਨ ਪਹਿਲਾਂ 14 ਕੁ ਰੁਪਈਏ ਖੱਟਰ ਸਾਹਿਬ ਨੇ ਵਧਾਏ ਤਾਂ 386 ਹੋ ਗਿਆ ਉਹਨਾਂ ਦਾ। ਸਾਡੇ ਕੋਲ 16 ਗੰਨਾ ਮਿੱਲਾਂ ਨੇ ਜੀ, 9 ਕੋਆਪਰੇਟਿਵ ਨੇ ਸਾਡੀਆਂ ਸਰਕਾਰ ਦੀਆਂ ਨੇ, 7 ਪ੍ਰਾਈਵੇਟ। ਔਰ ਸਾਡੀ ਸਰਕਾਰ ਆਉਣ ਤੋਂ ਬਾਅਦ 700 ਕਰੋੜ ਰੁਪਈਆ ਅਸੀਂ ਜਿਹੜਾ ਸ਼ੂਗਰ ਕੇਨ ਡਿਪਾਰਟਮੈਂਟ ਦਾ, ਸ਼ੂਗਰ ਫੈਟ ਡਿਪਾਰਟਮੈਂਟ ਦਾ ਅਸੀਂ ਦਿੱਤਾ, ਜੋ ਕਿ ਪੁਰਾਣੀ ਗੌਰਮੈਂਟ ਛੱਡ ਕੇ ਗਈ ਸੀ ਇਹਨਾਂ ਕਰਜ਼ਾ। ਸੋ 700 ਕਰੋੜ ਅਸੀਂ ਦਿੱਤਾ ਉਹ। ਇਸ ਵਕਤ ਪੰਜਾਬ ਸਰਕਾਰ ਨੇ ਕੋਈ ਪੈਸਾ ਨਹੀਂ ਦੇਣਾ ਸ਼ੂਗਰ ਫੈਟ ਦਾ। ਸਿਰਫ 2 ਮਿੱਲਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਗੰਨੇ ਦਾ ਪੈਸਾ ਦੇਣਾ ਕਿਸਾਨਾਂ ਦਾ, 46 ਲੱਖ ਰੁਪਈਆ। ਅਤੇ ਇੱਕ ਧੂਰੀ ਦੀ ਮਿੱਲ ਹੈ 14 ਕਰੋੜ 86 ਲੱਖ ਰੁਪਈਆ, ਉਹ ਵੀ ਅਸੀਂ ਉਹਨਾਂ ਤੋਂ ਰਿਕਵਰ ਕਰ ਰਹੇ ਹਾਂ। ਪਿਛਲੇ ਦਿਨ ਹੀ ਤੁਸੀਂ ਸੁਣਿਆ ਹੋਣਾ, ਤੁਹਾਡੇ ਕੈਮਰੇ ਰਾਹੀਂ ਤੁਸੀਂ ਬੋਲਿਆ ਵੀ ਹੋਣਾ, ਦੱਸਿਆ ਵੀ ਹੋਣਾ, ਦਿਖਾਇਆ ਵੀ ਹੋਣਾ ਕਿ ਫਗਵਾੜੇ ਦੀ ਜਿਹੜੀ ਸ਼ੂਗਰ ਮਿੱਲ ਹੈ ਉਹਦੇ ਜਿਹੜੇ ਮਾਲਕ ਸੀਗੇ ਉਹਨਾਂ 'ਤੇ ਪਰਚਾ ਵੀ ਹੋਇਆ ਅਤੇ ਉਹਨਾਂ ਦੀ ਪ੍ਰੋਪਰਟੀ ਅਟੈਚ ਵੀ ਕੀਤੀ ਹੈ, ਅਤੇ ਉਹ ਪ੍ਰੋਪਰਟੀ ਨੂੰ ਵੇਚ ਕੇ ਕਿਸਾਨਾਂ ਦਾ ਜਿਹੜਾ ਬਕਾਇਆ ਗੰਨੇ ਦਾ ਉਹ ਦਿੱਤਾ ਜਾਊਗਾ। ਸੋ ਅੱਜ ਬਹੁਤ ਵਧੀਆ ਮਾਹੌਲ 'ਚ ਗੱਲ ਹੋਈ ਹੈ। ਉਹ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜਾ ਰੇਲ ਰੋਕਣਾ ਜਾਂ ਸੜਕ ਰੋਕਣਾ, ਇਹ ਜਿਹੜਾ ਟ੍ਰੈਂਡ ਹੈ ਇਹਨੂੰ ਖਤਮ ਕਰਨ ਲਈ ਅੱਜ ਖਾਸ ਤੌਰ 'ਤੇ, ਵਿਸ਼ੇਸ਼ ਤੌਰ 'ਤੇ ਗੱਲ ਹੋਈ ਕਿ ਇਸ ਤਰ੍ਹਾਂ ਦੀ ਨੌਬਤ ਆਉਣੀ ਨਹੀਂ ਚਾਹੀਦੀ ਭਵਿੱਖ ਦੇ ਵਿੱਚ। ਗੱਲ ਕਰਨ ਦੇ ਹੋਰ ਬਹੁਤ ਸਾਰੇ ਮਾਧਿਅਮ ਨੇ, ਗੱਲ ਕਰਨ ਦੇ ਹੋਰ ਬਹੁਤ ਸਾਰੇ ਵੈਨਿਊ ਨੇ ਜਿਵੇਂ ਕਿ ਪੰਜਾਬ ਭਵਨ ਹੈ। ਸੋ ਇਹ ਕਰਨਾ ਕਿ ਲੋਕਾਂ ਨੂੰ ਤੰਗ ਕਰਕੇ ਹੀ ਸਰਕਾਰ ਨਾਲ ਗੱਲ ਕਰਾਂਗੇ, ਇਹ ਗੱਲ ਚੰਗੀ ਨਹੀਂ। ਸੋ ਸਾਰੀਆਂ ਯੂਨੀਅਨਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਜੋ ਲੋਕਾਂ ਨੂੰ ਮੁਸ਼ਕਲਾਂ ਹੋਈਆਂ ਨੇ ਉਹ ਭਵਿੱਖ ਦੇ ਵਿੱਚ ਨਹੀਂ ਆਉਣੀਆਂ ਚਾਹੀਦੀਆਂ ਹੈ ਜੀ। ਜਦੋਂ ਤੱਕ ਗੰਨੇ ਦੇ ਰੇਟ ਨੂੰ ਵਧਾਉਣ ਬਾਰੇ, ਪੰਜਾਬ ਹਮੇਸ਼ਾ ਹਰ ਗੱਲ 'ਚ ਟੌਪ 'ਤੇ ਰਿਹਾ ਅਤੇ ਵਾਅਦਾ ਕੀਤਾ, ਕਿਉਂਕਿ ਜੇ ਸਾਡੇ ਕੋਲ ਪੈਸਾ ਹੋਊਗਾ ਤਾਂ ਅਸੀਂ ਪਬਲਿਕ ਨੂੰ ਦੇ ਦਾਂਗੇ। ਔਰ ਖੇਤੀ ਕਿਉਂਕਿ ਧੁਰਾ ਹੈ ਸਾਡੇ ਪੰਜਾਬ ਦਾ, ਐਗਰੇਰੀਅਨ ਸਟੇਟ ਹੈ, ਤਾਂ ਫਿਰ ਜੇ ਮਿੱਲਾਂ ਜਿਹੜੀਆਂ ਨੇ ਉਹ ਕਮਾ ਰਹੀਆਂ ਨੇ ਤਾਂ ਉਹਦੇ ਕਿਸਾਨ ਨੂੰ ਵੀ ਉਹਦਾ ਪੈਸਾ ਮਿਲਣਾ ਚਾਹੀਦਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਖੁਸ਼ਖਬਰੀ ਵੀ ਗੰਨਾ ਉਤਪਾਦਕਾਂ ਨੂੰ ਮਿਲੂਗੀ ਰੇਟ ਦੇ ਰੂਪ ਦੇ ਵਿੱਚ, ਜਾਂ ਫਿਰ ਜੋ ਹੜ੍ਹਾਂ ਵੇਲੇ ਨੁਕਸਾਨ ਹੋਇਆ ਮੁਆਵਜ਼ੇ ਦੇ ਰੂਪ 'ਚ। ਸਾਰੇ ਅਧਿਕਾਰੀ ਮੇਰੇ ਨਾਲ ਅੱਜ ਮੌਜੂਦ ਸੀ ਉੱਥੇ, ਅਤੇ ਸਭ ਤੋਂ ਵਧੀਆ ਗੱਲ ਇਹ ਹੋਈ ਹੈ ਕਿ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਰੇਲਵੇ ਟਰੈਕ ਤਾਂ ਫ੍ਰੀ ਹੋ ਗਿਆ ਅਤੇ ਜਿਹੜੀ ਹਾਈਵੇ ਦਾ ਜਿਹੜਾ ਸਰਵਿਸ ਰੋਡ ਚੱਲ ਰਹੀ ਹੈ ਅਤੇ ਉਹ ਦੂਜਾ ਵੀ ਜਿਹੜਾ ਮੇਨ ਹਾਈਵੇ ਉਹ ਵੀ ਖੁੱਲ੍ਹ ਜੂਗਾ। ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਨੌਬਤ ਨਾ ਸਰਕਾਰ ਵਾਲੇ ਪਾਸਿਓਂ, ਨਾ ਹੀ ਕਿਸੇ ਵੀ ਸੰਗਠਨ ਵਾਲੇ ਪਾਸਿਓਂ, ਭਾਵੇਂ ਉਹ ਕਿਸਾਨ ਯੂਨੀਅਨਾਂ ਨੇ, ਭਾਵੇਂ ਉਹ ਕੋਈ ਮੁਲਾਜ਼ਮ ਜਥੇਬੰਦੀਆਂ ਨੇ, ਭਾਵੇਂ ਕੋਈ ਦੁਕਾਨਦਾਰ ਨੇ, ਵਪਾਰੀ ਨੇ, ਇਹ ਟ੍ਰੈਂਡ ਜਿਹੜਾ ਆਮ ਲੋਕਾਂ ਨੂੰ ਤੰਗ ਕਰਨ ਦਾ, ਉਹਦੇ ਨਾਲ ਦੇਖੋ ਆਮ ਲੋਕ ਹੀ ਫਿਰ ਉਹਨਾਂ ਸੰਗਠਨਾਂ ਦੇ ਵਿਰੁੱਧ ਹੋ ਜਾਂਦੇ ਨੇ ਕਿ ਸਾਨੂੰ ਕਿਉਂ ਤੰਗ ਕਰ ਰਹੇ ਹੋ, 3-3, 4-4 ਘੰਟੇ ਪਿੰਡਾਂ ਵਿੱਚ ਦੀ ਲੰਘ ਰਹੇ ਨੇ। ਤਾਂ ਲੋਕ ਕਹਿੰਦੇ ਨੇ ਯਾਰ ਸਾਡਾ ਕੀ ਕਸੂਰ ਹੈ ਇਹਦੇ 'ਚ, ਲੋਕ ਕਹਿੰਦੇ ਨੇ ਯਾਰ ਹੋਰ ਇਹਨਾਂ ਦਾ ਕੀ ਕਰਦੇ ਨੇ ਇਦੂ ਵੱਧ ਜਿੰਨਾ ਹੋ ਰਿਹਾ। ਸੋ ਸਾਰੇ ਪੰਜਾਬ ਦੇ ਵਿੱਚ ਅਸੀਂ ਖੁਸ਼ਖਬਰੀ ਜਾਂ ਖੁਸ਼ਹਾਲੀ ਵਾਲਾ ਮਾਹੌਲ ਲੈ ਕੇ ਆਉਣਾ, ਨਾ ਕਿ ਇਹ ਕਿ ਕੋਈ ਕੱਲ੍ਹ ਨੂੰ ਫੇਰ ਬਹਿ ਗਿਆ ਜਾਂ ਪਰਸੋਂ ਨੂੰ ਉਹ ਬਹਿ ਗਏ,
मैं आपका केडर बचाना है, मैं आपका केडर बचाना, वो ना कामयाब हो जाए, ये ना कामयाब हो, ये गल् जीडिया छड़निया पैनिया। पंजाब ने नंबर वन सूबा बनना है तो सारे मिल के काम करना पेगा। सो अज गन्ना उत्पादकों गल हुई है, यूनियन के मैं लीडर ना भी गल हुई है, कल असी जोड़े मिलर्स ने उन्होंने बुलावे तो उन्होंने भी गल करा कि थोड़ा कि, क्योंकि अजक गन्ने तो कली खंड नहीं बनती, गन्ने तो एथेनॉल होर बहुत सारे प्रोडक्ट बनने लग गए खंड के अलावा। सो इस करके जे उन्होंने प्रॉफिट हो रहा तो उन्होंने प्रॉफिट भी नहीं असं घटा चाहते, क्योंकि वो जे गन्ने ही नहीं बीजूगा कोई तो मिलना किमें चला, तो वो उन्होंने जिस तरह ही मार्क फैड है, जे असी मार्क फैड में उपर लेके जाने तो जोड़े साढ़े वेरका वाले जोड़े साढ़े किसान ने डेयरी वाले उन्होंने फायदा होंगे, क्योंकि वो सोसायटी के पार्टनर ने। सो इस करके सरकार कदे भी खास तौर पर पंजाब सरकार कदे भी कोई पैसा लोगों तो लुकाउंदी नहीं, भावें वह बिजली दे बिल माफ़ करन दे रूप च, भावें आम आदमी क्लीनिकां दे रूप च मुफ्त दवाइया दे रूप च, भावें वह रोज़गार देने दे रूप च, भावें वह इत्थे नवे रोज़गार के मौके प्राइवेट सैक्टर च पैदा करन दे रूप च, भावें वह जिस तरीके नाल भी लोगों नूं हैल्प चाहिए सहूलत चाहिए है, असी लोगों का पैसा लोगों ते लाउण तो कदे गुरेज नहीं करते। सो बड़े वधिया माहौल च गल हुई है और एक दो दिन बाद जिहड़ा सारिया मीटिंग करके तो इहदा मतलब हल तो निकल ही गया, मतलब कुछ जिहड़ियां नवीं अनाउंसमेंट्स जिहड़ियां ओह हो जाणगियां। हाँ जी कल वो भी नाल ही है जी। नहीं जी देखो मैं किसी नूं क्रेडिट बार नहीं कहिंदा, देखो गन्ने दे रेट इदां नहीं हुंदा कि जो उन्हें वधाते जो ते उत्तराखंड च 340 रुपए है। नहीं अज कड़ा कोई मैं अनाउंस कर रहा है, फिर लागू तो सरकार करूगी, मतलब कोई यह ना कोई कहे कि असी सड़क रोक के ज रेलों रोक के असी जिहड़ा वो वधा ले जस असी जित गए, इतने कोई जितन हारन की लड़ाई नहीं सी, अज भी कोई जितया हारिया नहीं, साढ़े ही ने भी खेती करने वाले कौन ने, साढ़े छोटे भैन भाई भरा मावं चाचे ताए बापू साढ़े ही ने। सो कोई जितन हारन की लड़ाई नहीं है कि अज कौन जित गया जी, अज किने की कहता जी, अज इन्होंने ऐ कहता जी, जो कोई है जी वो तो जी केंद्र नाल संबंधित मंगा ने, उन्होंने केंद्र नाल संबंधित मंगा लेके आ रहे हो। मामले तो सुप्रीम कोर्ट तक फिरते हैं जी, तो पराली का मामला तो सब जुडिस है, कोई कहिंदा जी इहनू किवें बचाओगे, कोई कहिंदा जी हरियाणे तो सीखो, हरियाणा पता नहीं किहड़ा स्विट्जरलैंड बना लिया, मतलब कि साडा तू इतों पाइपां च पा के भेजदे दिल्ली असी, तो हरियाणे का भी तो तू हैगा, नहीं मानते जी ना हरियाणे तो सीखो, कल कहिंदे कोई पता नहीं कि गल तो कहिंदे यूपी तो सीखो, असी क्या जहाँ यहाँ नहीं किया जो हरियाणे ने करता, ये नॉर्थ इंडिया की नहीं, मैं कहना असी मध्य प्रदेश गए सी, मध्य प्रदेश भी पराली अग लगी हुई सी, पूरे सेंट्रल ते नॉर्थ इंडिया की प्रॉब्लम है, ये वास्ते मोदी साहब नूं अगे आना चाहिए। जे हो जे जे मोदी साहब ये कहिंदे ने कि मैं यूक्रेन ते मतलब रशिया की मैं जंग रुकवा के मैं अपने बंदे कढ़ा ले, तो यह तो कुछ कुछ भी नहीं, फिर सानू बुला लैन सारे, मुख्यमंत्री सारे बुला लो, राजस्थान का मुख्यमंत्री बुला लो, तो पंजाब का बुला लो, हरियाणा का बुला लो, यूपी का बुला लो, मतलब तो दसो भी पराली का की हल करिए, ये तो कोई धमकियां वाली गल तो नहीं हूँ सदी के एम एस पी खत्म कर देंगे जी आ कर देंगे, वे इदा किमें हो जाएगा एम एस पी खत्म करके, तुम वह कोई हल कढ़ो, हल अभी तो दस्या हुआ सी पहला कि हल एक ही है कि जिवें सुप्रीम कोर्ट ने भी यह कहा कि पैसे दो जां फिर क्रॉप डाइवर्सीफिकेशन आ जाए, जे असी बदलांगे जे जे आपां कोई फसल बदलांगे, फर्ज कर लो असी कहता कि अपनी अद्धी जमीन ते 50% ते तुसीं कोई होर फसल ला लो, किसी ने सूरजमुखी ला ली, किसी ने मक्की बीज ली, ठीक है ना, कोई भी फसल बीज ली वो सौलाखे की उपजाऊ शक्ति मुताबक, हुण जिन्हें उन्हूं झोने चो बचते हैं 5 किले उन्हें झोने दे ला ले, जिन्हें उन्हूं 5 किले झोने चो पैसे बचे उन्ने ही उन्होंने 5 किलों चो बचने चाहिए है,
ਇਹਦੇ ਵਾਸਤੇ ਪੰਜਾਬ ਸਰਕਾਰ ਇਸ ਲਈ ਵੀ ਤਿਆਰ ਹੈ ਕਿ ਜੇ ਉਹਨੂੰ 5 ਕਿੱਲੇ ਝੋਨੇ 'ਚੋਂ 1.5 ਲੱਖ ਰੁਪਇਆ ਬਚ ਗਿਆ, ਕੁੱਲ 30,000 ਰੁਪਇਆ ਚਲੋ 1 ਕਿੱਲੇ ਦਾ ਬਚ ਗਿਆ, ਚਲੋ ਇੱਕ ਫਿਗਰ ਲਾ ਲੈਂਦੇ ਹਾਂ, ਅਤੇ ਦੂਜੀਆਂ ਫਸਲਾਂ ਬੀਜ ਕੇ ਉਹਨੂੰ 1,10,000 ਬਣਿਆ, ਅਸੀਂ 40,000 ਰੁਪਇਆ ਪੇ ਕਰਨ ਨੂੰ ਵੀ ਤਿਆਰ ਹਾਂ ਤਾਂ ਕਿ ਉਹ ਦੁਬਾਰਾ ਝੋਨੇ ਵੱਲ ਨੂੰ ਨਾ ਆਵੇ। ਨਹੀਂ ਤਾਂ ਫਿਰ ਅਗਲੀ ਵਾਰ ਫਿਰ ਝੋਨਾ ਲਾਊਗਾ, ਕਹੂਗਾ ਮੇਰੇ 'ਤੇ ਤਜਰਬੇ ਕਿਉਂ ਕਰਦੇ ਹੋ, ਮੈਨੂੰ ਤੁਸੀਂ ਕਰਕੇ ਦੱਸੋ ਕੀ ਹੁੰਦਾ। ਸੋ ਸਰਕਾਰ ਹਮੇਸ਼ਾ ਇਸ ਗੱਲ ਦੀ ਹੈ ਜੋ ਹੈ ਕਿ ਅਸੀਂ ਆਪਣਾ ਵਾਤਾਵਰਨ ਖਰਾਬ ਕਰੀਏ, ਅਸੀਂ ਜਿਹੜੇ ਆ ਅਕਤੂਬਰ ਨਵੰਬਰ ਮਹੀਨੇ ਜਿਹੜੇ ਨੇ ਉਹ ਕਿੰਨੀਆਂ ਬਿਮਾਰੀਆਂ ਵੱਧਦੀਆਂ ਨੇ, ਖਾਸ ਤੌਰ 'ਤੇ ਸਾਹ ਨਾਲ ਫੇਫੜਿਆਂ ਨਾਲ ਸੰਬੰਧਿਤ ਛੋਟੇ ਛੋਟੇ ਬੱਚੇ ਜਾਂ ਐਕਸੀਡੈਂਟ ਹੁੰਦੇ ਨੇ, ਕਿੰਨੀਆਂ ਜਾਈ ਮੌਤਾਂ ਹੁੰਦੀਆਂ ਨੇ। ਸੋ ਸਰਕਾਰ ਵੱਲੋਂ ਸਹੂਲਤਾਂ ਵਾਲੇ ਪਾਸੇ ਕੋਈ ਕਮੀ ਨਹੀਂ ਆਊਗੀ।